ਐਸਐਸਪੀ ਖੰਨਾ ਮੈਡਮ ਮਨੀਤ ਕੌਂਡਲ ਜੀ ਆਈਪੀਐਸ ਦੀ ਦਿਸ਼ਾ ਨਿਰਦੇਸ਼ਾਂ ਥੱਲੇ ਜ਼ੀਰੋ ਟੋਲਰੈਂਸ ਅਗੇਂਸਟ ਡਰੱਗ ਡਰਾਈਵ ਚੱਲ ਰਹੀ ਹੈ। ਕੱਲ੍ਹ ਇਸੇ ਸੰਬੰਧ 'ਚ ਐਸਐਚਓ ਸਿਟੀ ਵਨ ਕੋਲ ਇਨਫੋਰਮੇਸ਼ਨ ਆਈ ਤਾਂ ਉਹਨਾਂ ਵੀ ਇੱਕ ਟਰੱਕ ਨੰਬਰ PB11DE6455 ਹੈ ਜੋ ਭਾਰੀ ਮਾਤਰਾ ਦੇ ਵਿੱਚ ਭੁੱਕੀ ਚੂਰਾ ਪੋਸਟ ਲੈ ਕੇ ਆ ਰਹੇ ਨੇ, ਜਿਸ ਸੰਬੰਧੀ ASI ਹਾਕਮ ਸਿੰਘ ਨੇ, ASC ਮੁਖਤਿਆਰ ਸਿੰਘ ਅਤੇ ਹੋਰ ਪਾਰਟੀ ਨੇ ਸਭ ਆਪਣੇ ਗੋਦਾਮਾਂ ਨੇੜੇ ਨਾਕਾਬੰਦੀ ਕੀਤੀ। ਨਾਕਾਬੰਦੀ ਕਰਨ ਦੇ ਟਰੱਕ ਨੂੰ ਘੇਰ ਕੇ ਜਦੋਂ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਇੱਕ ਕੁਇੰਟਲ 80 ਕਿਲੋ ਭੁੱਕੀ ਬਰਾਮਦ ਹੋਈ ਹੈ। ਜਿਹੜਾ ਟਰੱਕ ਚਲਾ ਰਿਹਾ ਸੀਗਾ ਦੋਸ਼ੀ, ਉਹਦਾ ਨਾਮ ਪਵਨ ਕੁਮਾਰ, ਸਾਨਾ ਰਾਮ ਪ੍ਰਤਾਪ, ਵਾਰਡ ਨੰਬਰ 10, ਭੁਪਿੰਦਰਾ ਰੋਡ, ਨੀਅਰ ਸੋਪ ਫੈਕਟਰੀ ਖੰਨੇ ਦਾ ਰਹਿਣ ਵਾਲਾ ਸੀਗਾ। ਇਹ ਭੁੱਕੀ ਚੂਰਾ ਪੋਸਟ 'ਤੇ ਝਾਰਖੰਡ ਤੋਂ 3000 ਰੁਪਏ ਰੇਟ ਨਾਲ ਲੈ ਕੇ ਆਇਆ ਸੀਗਾ। ਅੱਗੇ ਇਹਨੇ ਵੇਚਣੀ ਸੀਗੀ ਅਤੇ ਇਸ ਸੰਬੰਧੀ ਅਸੀਂ ਮੁਕੱਦਮਾ ਨੰਬਰ 85 ਇਹਦੇ ਖਿਲਾਫ਼ ਦਰਜ ਕੀਤਾ ਅਤੇ ਅੱਗੇ ਤਫਤੀਸ਼ ਜਾਰੀ ਹੈ। ਇਸ ਦਾ ਅਸੀਂ 16 ਤਰੀਕ ਤੱਕ ਪੁਲਿਸ ਰਿਮਾਂਡ ਲਿੱਤਾ, ਅੱਗੇ ਇਹਦੋਂ ਬੈਕਵਰਡ ਅਤੇ ਫਾਰਵਰਡ ਲਿੰਕਡ ਪਤਾ ਕਰਕੇ ਵੀ ਕਿਹਤੋਂ ਲੈ ਕੇ ਆਇਆ ਸੀਗਾ ਅਤੇ ਕਿਹਨੂੰ ਗਾਂਹ ਦੇਣੀ ਸੀ, ਉਹਦਾ ਖਿਲਾਫ਼ ਵੀ ਕਾਰਵਾਈ ਅਮਲ 'ਚ ਲਿਆਂਦੀ ਜਾਊ।